ਸੋ ਹੇ ਗਾਇਸ, ਸੋ ਆਪਾਂ ਆਪਣੇ ਇਸ ਕਾਲਜ ਤੋਂ ਲੇਕਲੈਂਡ ਕਾਲਜ ਤੋਂ ਆਪਾਂ ਆਪਣਾ ਲੈ ਲਿਆ ਰਿਫੰਡ। ਸੋ ਆਪਣੀ ਅੱਜ 19th ਆਫ ਸਪਟੈਂਬਰ ਸੀ ਮੇਰੀ ਡੇਟ ਚੈੱਕ ਲੈਣ ਦੀ। ਸੋ ਹੁਣ ਮੈਂ ਰਿਫੰਡ ਲੈ ਕੇ ਜੋ ਵਾਪਸ ਚੱਲਣਾ ਹੈ, ਅਤੇ ਮੈਂ ਆਪਣੇ ਇੱਥੇ ਕਾਲਜ ਡੋਮ ਦੇ ਵਿੱਚ ਰਹਿੰਦਾ ਸੀਗਾ, ਕਾਲਜ ਦੀ ਸਰਵਿਸ ਸੀਗੀ, ਰੈਂਟ ਉਨਾ ਹੀ ਸੀਗਾ, ਬਟ ਕਾਲਜ ਦੇ ਬਿਲਕੁਲ ਨੇੜੇ ਸੀ, 1-2 ਮਿੰਟ ਦੇ ਰਸਤੇ ਹਨ। ਸੋ ਹੁਣ ਮੈਨੂੰ ਉੱਥੋਂ ਵੀ ਸ਼ਿਫਟ ਕਰਨਾ ਪੈਣਾ, ਕਿਤੇ ਨਾ ਕਿਤੇ ਮੈਂ ਕਰਾਂਗਾ। ਸੋ ਬਾਕੀ ਤੁਹਾਨੂੰ ਦੱਸਦੇ ਇਨਫੋਰਮੇਸ਼ਨ ਕੀ ਹੈਗਾ, ਰਿਫੰਡ ਪ੍ਰੋਸੈਸ ਕਿੱਦਾਂ, ਕੁਝ ਤੁਸੀਂ ਕਾਲਜ ਤੋਂ ਰਿਫੰਡ ਲੈ ਸਕਦੇ ਹੋ। ਓਕੇ, ਸੋ ਕੀ ਪ੍ਰੋਸੈਸ ਆ ਅਤੇ ਕਿੰਨੇ ਦਿਨ ਲੱਗਦੇ ਆ, ਅਤੇ ਉਸ ਦੌਰਾਨ ਤੁਹਾਨੂੰ ਕਿਸੇ ਹੋਰ ਕਾਲਜ ਦੀ ਔਫਰ ਲੈਟਰ ਦੀ ਜ਼ਰੂਰਤ ਹੈਗੀ ਹੈ ਕਿ ਨਹੀਂ ਹੈਗੀ, ਸੋ ਦੱਸਦਿਆਂ ਤੁਹਾਨੂੰ ਮੈਂ ਨਾਲ ਹੀ। ਸੋ ਗਾਈਜ਼, ਹੁਣ ਮੈਂ ਤੁਹਾਨੂੰ ਦੱਸਦਾ ਰਿਫੰਡ ਲੈਣ ਦਾ ਪ੍ਰੋਸੈਸ ਕੀ ਹੈਗਾ। ਸੋ ਐਵਰੀ ਕਾਲਜ ਡਿਫਰੈਂਟ, ਉਹਨਾਂ ਦਾ ਪ੍ਰਸਪੈਕਟਿਵ ਹੁੰਦਾ, ਉਹਨਾਂ ਦੇ ਅਲੱਗ ਅਲੱਗ ਰੂਲ ਹੁੰਦੇ ਆ, ਅਤੇ ਹਰ ਇੱਕ ਕਾਲਜ ਦੀ ਇੱਕ ਚੀਜ਼ ਜਿਹੜੀ ਹੁੰਦੀ ਕਾਮਨ ਹੁੰਦੀ ਹੈ, ਚਾਹੇ ਉਹ ਕਾਲਜ ਸਾਡੇ ਅਲਬਰਟਾ ਦੇ ਵਿੱਚ ਹੈਗਾ, ਐਡਮਿੰਟਨ 'ਚ, ਟੋਰੋਂਟੋ 'ਚ, ਵੈਨਕੂਵਰ 'ਚ, ਸਚਕੈਚੋਨ 'ਚ, ਨੋਵਾ ਸਕੋਸ਼ੀਆ 'ਚ, ਜਿੱਥੇ ਮਰਜ਼ੀ ਹੈ, ਇਹਨਾਂ ਦੀ ਗੌਰਮੈਂਟ ਨੇ ਇੱਕ ਚੀਜ਼ ਦਿੱਤੀ ਹੁੰਦੀ ਹੈ ਕਿ ਅਗਰ ਤੁਹਾਨੂੰ ਤੁਹਾਡਾ ਸਟੂਡੈਂਟ ਨੂੰ ਅਗਰ ਤੁਹਾਡਾ ਕਾਲਜ ਜਿਹੜਾ ਹੈ ਸਹੀ ਨਹੀਂ ਲੱਗ ਰਿਹਾ, ਤੁਸੀਂ ਵਿਦਡਰੋਅ ਕਰ ਸਕਦੇ ਹੋ। ਇੱਕ ਇਹਨਾਂ ਨੇ ਡੇਟ ਦਿੱਤੀ ਹੁੰਦੀ ਹੈ ਕਿ ਜਦੋਂ ਤੁਹਾਡਾ ਕਾਲਜ ਸਟਾਰਟ ਹੁੰਦਾ, ਉਸ ਤੋਂ ਬਾਅਦ 2 ਹਫ਼ਤੇ ਜਾਂ 3 ਹਫ਼ਤੇ ਦੀ ਉਹਨਾਂ ਨੇ ਡੇਟ ਦਿੱਤੀ ਹੁੰਦੀ ਹੈ ਕਿ ਤੁਸੀਂ 3 ਹਫ਼ਤੇ ਦੇ ਅੰਦਰ ਨਾ ਤੁਸੀਂ ਆਪਣਾ ਵਿਦਡਰੋਅ ਲੈ ਸਕਦੇ ਹੋ। ਬਟ ਇਹਦੇ ਵਿੱਚ ਇਹ ਹੁੰਦਾ ਕਿ ਉਸ ਥੋੜ੍ਹੀ ਜਿਹੀ ਅਮਾਊਂਟ, ਮਤਲਬ ਕਿ ਮੇਰੇ ਕੱਟੇ ਹੈ ਅਪਰੋਕਸੀਮੇਟਲੀ $1,500, ਮੈਂ ਆਪਣੀ $15,000 ਮੇਰੀ ਫੀਸ ਸੀਗੀ, ਅਤੇ ਉਹਦੇ ਵਿੱਚੋਂ ਮੈਂ $1,500 ਕਟਾ ਕੇ ਮੇਰੇ 13,500 ਮੈਨੂੰ ਵਾਪਸ ਮਿਲ ਗਿਆ ਥਰੂ ਚੈੱਕ। ਫਿਰ ਹੁਣ ਉੱਥੋਂ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਤੁਸੀਂ ਚੈੱਕ ਦੇ ਥਰੂ ਲੈਣਾ, ਤੁਸੀਂ ਫਲਾਈਵਰ ਦੇ ਥਰੂ ਲੈਣਾ, ਜਿੱਦਾਂ ਹੁਣ ਆਪਣੇ ਇੰਡੀਆ ਤੋਂ ਆਪਾਂ ਭੇਜਦੇ ਹਾਂ ਥਰੂ ਆਪਣੇ ਅਕਾਊਂਟ ਦੇ ਥਰੂ ਭੇਜਦੇ ਹਾਂ, ਠੀਕ ਹੈ। ਅਗਰ ਤੁਹਾਡਾ PNB 'ਚ ਅਕਾਊਂਟ ਹੈਗਾ ਤਾਂ ਸਿੱਧਾ ਚਲ ਜਾਂਦੇ ਆ, ਅਗਰ ਨਹੀਂ ਹੈਗਾ ਤਾਂ ਤੁਹਾਨੂੰ ਕਿਸੇ ਹੋਰ ਬੈਂਕ ਦੇ ਵਿੱਚ ਹੈਗਾ ਅਤੇ ਹੋਰ ਥੋੜ੍ਹੀਆਂ ਫੋਰਮੈਲਿਟੀਜ਼ ਹੁੰਦੀਆਂ। ਮੇਰਾ PNB 'ਚ ਸੀਗਾ, ਤੋਂ ਸੋ ਮੇਰਾ ਜਿਹੜਾ ਸੀਗਾ ਉਹ ਈਜ਼ੀਲੀ ਹੋ ਗਿਆ ਸੀਗਾ। ਸੋ ਇਹ ਗੱਲ ਹੈਗੀ, ਅਤੇ ਹੁਣ ਜਿੱਥੋਂ ਜਿਹੜੇ ਅਕਾਊਂਟ 'ਚ ਤੁਹਾਡੇ ਪੈਸੇ ਆਏ ਹੁੰਦੇ ਆ, ਫਿਰ ਤੁਹਾਡੇ ਪੈਸੇ ਉਸ ਅਕਾਊਂਟ 'ਚ ਜਾਂਦੇ ਆ, ਫਿਰ ਜਾਣ ਤੋਂ ਬਾਅਦ ਫਿਰ ਉੱਥੋਂ ਦੀ ਜਿਹੜੇ ਦੂਸਰੇ ਕਾਲਜ ਤੁਸੀਂ ਸ਼ਿਫਟ ਕੀਤਾ, ਉੱਥੇ ਫੀਸ ਤੁਹਾਡੇ ਘਰ ਦੇ ਪੇ ਕਰਨਗੇ। ਤੁਹਾਨੂੰ ਸਮਝਾਉਣਾ ਮੈਂ, ਅਗਰ ਇੱਥੇ ਤੁਸੀਂ ਅਗਰ ਫਲਾਈਵਾਇਰ ਦੇ ਥਰੂ, ਪੂਰੇ ਆਪਣੇ ਕੈਨੇਡਾ ਦੇ ਵਿੱਚ ਫਲਾਈਵਾਇਰ ਦੇ ਥਰੂ ਆਉਂਦੀ ਹੈ, ਫਲਾਈਵਾਇਰ ਹੁੰਦੀ ਹੈ ਇੱਕ, ਉਹਦੇ ਥਰੂ ਆਉਂਦੀ ਹੈ, ਠੀਕ ਆ। ਉਹਦੇ ਥਰੂ ਤੁਸੀਂ ਆਪਣੀ ਫੀਸ ਵਾਪਸ ਕਹਿਤੀ, ਤੁਸੀਂ ਉੱਥੇ ਕਹਿਤਾ ਆਪਸ਼ਨ ਲਾਤਾ, ਉੱਥੇ ਆਪਸ਼ਨ ਹੁੰਦੇ ਆ ਥਰੂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਐਂਡ ਜਿੱਦਾਂ ਜਿੱਦਾਂ ਤੁਸੀਂ ਪੇਮੈਂਟ ਕੀਤੀ ਆ। ਅਗਰ ਤੁਹਾਨੂੰ ਚੈੱਕ ਦੇ ਥਰੂ ਚਾਹੀਦਾ, ਉਹ ਅੱਡ ਇੱਕ ਆਪਸ਼ਨ ਹੁੰਦਾ ਕਿ ਤੁਹਾਨੂੰ ਚੈੱਕ ਦੇ ਥਰੂ ਚਾਹੀਦਾ, ਠੀਕ ਆ। ਅਗਰ ਤੁਸੀਂ ਫਲਾਈਵਾਇਰ ਦੇ ਥਰੂ ਕਰਦੇ ਹੋ ਤਾਂ ਤੁਹਾਡੀ ਜਿਹੜੇ ਅਕਾਊਂਟ ਤੁਹਾਡੇ ਪੇਰੈਂਟਸ ਦੇ ਅਕਾਊਂਟ 'ਚ ਜਿੱਥੋਂ ਵੀ ਆਏ ਹੁੰਦੀ ਆ, ਤੁਹਾਡੀ ਫੀਸ ਵਾਪਸ ਉੱਥੇ ਚੱਲ ਜਾਂਦੀ ਆ। ਜਿੰਨੇ ਵੀ ਤੁਹਾਡੇ ਕਾਲਜ ਨੇ ਗਏ ਹੋਵੇ, ਉਨੇ ਪੈਸੇ ਕੱਟ ਗਏ। ਮੇਰੇ ਕਾਲਜ ਨੇ ਗਏ ਸੀ $1,500 ਕੱਟਣੇ, ਉਹਨਾਂ ਨੇ ਕੱਟ ਲਏ, ਠੀਕ ਆ। ਹੁਣ ਬਾਕੀ ਕਾਲਜ ਦਾ ਕੀ ਹਿਸਾਬ ਆ ਉਹ ਮੈਨੂੰ ਨਹੀਂ ਪਤਾ, ਜਿੰਨੇ ਵੀ ਉਹ ਕਹਿਣਗੇ, ਕਿਉਂਕਿ ਤੁਹਾਡੀ ਔਫਰ ਲੈਟਰ 'ਤੇ ਲਿਖਿਆ ਹੁੰਦਾ ਕਿ ਆਪਾਂ $1,000 ਕੱਟਾਂਗੇ, ਅਤੇ $1,000 ਕੱਟਣ ਤੋਂ ਬਾਅਦ ਆਪਾਂ ਤੁਹਾਨੂੰ ਬਾਕੀ ਫੀਸ, ਫੁੱਲ ਫੰਡਰੀ ਫੀਸ ਉਹ ਹੁੰਦੀ ਹੈ। ਕਈ ਬੰਦੇ ਇਹ ਸਮਝਦੇ ਕਿ ਫੁੱਲ ਫੰਡਰੀ ਫੀਸ ਉਹ ਆ ਕਿ ਜਿੰਨੇ ਆਪਾਂ ਦਿੱਤੇ ਆ ਉਨੇ ਸਾਨੂੰ ਵਾਪਸ ਮਿਲ ਜਾਏ। ਸੋ ਹੁਣ ਉਹ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਤੁਹਾਡੀ ਫੀਸ ਜਿਹੜੀ ਹੈਗੀ ਹੈ ਚੈੱਕ ਦੇ ਥਰੂ ਵਾਪਸ ਆ ਗਈ, ਮੈਨੂੰ ਚੈੱਕ ਮਿਲ ਗਿਆ ਹੋਇਆ ਮੇਰੇ ਆਪਣੇ ਕਾਲਜ ਦਾ। ਇਹਨਾਂ ਦਾ ਚੈੱਕ ਗੋਰਿਆਂ ਦਾ ਥੋੜ੍ਹਾ ਵੱਖਰੇ ਹਿਸਾਬ ਦਾ ਹੀ ਹੁੰਦਾ, ਆਪਣਾ ਐਡਾ ਵੱਡਾ ਇਹਨਾਂ ਦਾ ਚੈੱਕ ਹੁੰਦਾ ਹੈ, ਅਤੇ ਇਹ ਹੁਣ ਆਪਣੇ ਬੈਂਕ ਦੇ ਅਕਾਊਂਟ ਵਿੱਚ ਲਾਵਾਂਗਾ, ਠੀਕ ਹੈ, ਜਿਹੜਾ ਮੇਰਾ ਸਕੋਸ਼ੀਆ ਬੈਂਕ 'ਚ ਹੈਗਾ ਵਾ। ਹੁਣ ਮੈਂ ਤੁਹਾਨੂੰ ਉਹਦਾ ਵੀ ਪ੍ਰੋਸੈਸ ਦੱਸਦਾ ਕਿ ਤੁਸੀਂ ਕਿੱਦਾਂ ਲਾ ਸਕਦੇ ਹੋ। ਹੁਣ ਜਦੋਂ ਵੀ ਤੁਸੀਂ ਆਪਣੀ ਸਕੋਸ਼ੀਆ ਬੈਂਕ ਦੀ ਜਿਹੜੀ ਆਪਣੀ ਐਪ ਖੋਲੋਂਗੇ, ਠੀਕ ਹੈ, ਐਪ ਖੋਲਣ ਤੋਂ ਬਾਅਦ ਉੱਥੇ ਜਦੋਂ ਤੁਸੀਂ ਆਓਗੇ ਨਾ, ਡਿਪੋਜ਼ਿਟ ਮਨੀ ਜਾਂ ਕੁਛ ਉੱਥੇ ਟ੍ਰਾਂਸਫਰ ਜਾਂ ਡਿਪੋਜ਼ਿਟ ਮਨੀ ਕਰਕੇ ਕੋਈ ਇੱਕ ਚੀਜ਼ ਆਊਗੀ, ਠੀਕ ਹੈ, ਆਉਣ ਤੋਂ ਬਾਅਦ ਤੁਸੀਂ ਉੱਥੇ ਦੇਖੋਗੇ ਨਾ ਇੱਕ ਚੈੱਕ ਦਾ ਆਪਸ਼ਨ ਆਏਗਾ। ਹੁਣ ਉੱਥੇ ਤੁਸੀਂ ਫੋਟੋ ਖਿੱਚ ਕੇ ਵੀ ਕਰ ਸਕਦੇ ਹੋ, ਤੁਸੀਂ ਉੱਥੇ ਫੋਟੋ ਖਿੱਚਦੇ ਚੈੱਕ ਦੀ ਉਹ ਤੁਹਾਡੀ ਜਿਹੜੀ ਹੈਗੀ ਆ, ਤੁਹਾਡੇ ਸਿੱਧੀ ਜਿਹੜਾ ਸਰਵਰ ਹੈਗਾ ਜਾਂ ਕੁਛ ਵੀ ਹੈਗਾ ਉਹਨਾਂ ਨਾਲ ਕਨੈਕਟ ਹੈਗਾ, ਠੀਕ ਹੈ, ਉਹ ਸਿੱਧੀ ਉਹਨਾਂ ਕੋਲ ਚੱਲ ਜੂਗੀ ਕਿ ਆਹ ਚੈੱਕ ਲੱਗਾ, ਠੀਕ ਹੈ। ਆਹ ਚੈੱਕ ਲੱਗਣ ਤੋਂ ਬਾਅਦ ਤੁਹਾਡੀ ਇੱਕੋਦਮ ਅਮਾਊਂਟ 13,500 ਜਿਹੜੀ ਮੇਰੀ ਅਮਾਊਂਟ ਹੈਗੀ ਹੈ, ਇਕੱਠੀ ਅਮਾਊਂਟ ਨਹੀਂ ਆਏਗੀ, ਉਹ ਹੌਲੀ 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 ਕਰਕੇ ਆਏਗੀ। ਜਿੱਦਾਂ ਸਮਝ ਲਓ 5,000 ਹੋਣ ਆ ਗਏ, 5,000 ਥੋੜ੍ਹੀ ਦੇਰ ਬਾਅਦ ਆ ਗਏ, ਇਹ ਹਫ਼ਤੇ 10 ਦਿਨ ਦਾ ਪ੍ਰੋਸੈਸ ਹੁੰਦਾ, 10 ਦਿਨ ਦੇ ਅੰਦਰ ਅੰਦਰ ਤੁਹਾਡੀ ਸਾਰੀ ਅਮਾਊਂਟ ਜਿਹੜੀ ਤੁਹਾਡੀ ਹੈਗੀ ਆ ਉਹ ਪੂਰੀ ਸ਼ਿਫਟ ਹੋ ਜਾਂਦੀ ਆ ਅਕਾਊਂਟ ਦੇ ਵਿੱਚ, ਠੀਕ ਹੈ। ਇਹ ਪ੍ਰੋਸੈਸ ਹੋ ਗਿਆ ਕਿ ਜਦੋਂ ਤੁਸੀਂ ਅਕਾਊਂਟ 'ਚ ਆਪਣੇ ਚੈੱਕ ਕਰਵਾਉਣਾ, ਠੀਕ ਹੈ। ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਅਗਰ ਤੁਸੀਂ ਆਪਣੇ ਜਿੱਦਾਂ ਤੁਸੀਂ ਡੈਬਿਟ ਕਾਰਡ 'ਚ ਪਾਉਣਾ ਜਾਂ ਕ੍ਰੈਡਿਟ ਕਾਰਡ 'ਚ ਪਾਉਣਾ, ਡੈਬਿਟ ਕਾਰਡ 'ਚ ਤਾਂ ਨੋਟ ਪੋਸੀਬਲ, ਕ੍ਰੈਡਿਟ ਕਾਰਡ 'ਚ ਪਾਉਣਾ, ਕ੍ਰੈਡਿਟ ਕਾਰਡ 'ਚ ਤੁਸੀਂ ਨਹੀਂ ਪਵਾ ਸਕਦੇ ਕਿਉਂਕਿ ਤੁਸੀਂ ਉੱਥੋਂ ਦੀ ਫੀਸ ਜਿਹੜੀ ਦਿੱਤੀ ਹੁੰਦੀ ਹੈ ਥਰੂ ਅਕਾਊਂਟ ਦਿੱਤੀ ਹੁੰਦੀ ਹੈ। ਅਗਰ ਤੁਸੀਂ ਇੱਥੇ ਆ ਕੇ ਫੀਸ ਦਿੰਦੇ ਹੋ, ਥਰੂ ਕ੍ਰੈਡਿਟ ਕਾਰਡ ਦਿੰਦੇ ਹੋ, ਥਰੂ ਕਿੱਦਾਂ ਵੀ ਦਿੰਦੇ ਹੋ,
ਉਹ ਤੁਸੀਂ ਕਰ ਸਕਦੇ ਹੋ, ਬਟ ਇੱਥੇ ਆ ਕੇ ਪੋਸੀਬਲ ਨਹੀਂ ਹੁੰਦਾ। ਠੀਕ ਹੈ, ਸੋ ਹੁਣ ਇੱਕ ਇਹ ਚੀਜ਼ ਹੈਗੀ ਹੈ ਕਿ ਅਗਰ ਤੁਸੀਂ ਆਪਣਾ ਕੋਲੇਜ ਸ਼ਿਫਟ ਕਰਨਾ ਅਤੇ ਤੁਹਾਡਾ ਇਹ ਵਾਲਾ ਕੋਲੇਜ ਜਿਹੜਾ ਹੈਗਾ ਆ ਤੁਹਾਨੂੰ ਰਿਫੰਡ ਥੋੜ੍ਹੀ ਲੇਟ ਦੇ ਰਿਹਾ, ਤੁਹਾਡਾ ਅਗਲਾ ਇਨਟੇਕ ਸ਼ੁਰੂ ਹੋ ਰਿਹਾ, ਕਿਉਂਕਿ ਮੈਂ ਇੱਥੇ ਆਉਂਦਾ ਸਪਟੈਂਬਰ ਦੇ ਵਿੱਚ ਅਤੇ ਮੈਂ ਆਉਂਦੇ ਹੀ ਇੱਥੇ ਡਰੋਪ ਲੈ ਲਿਆ ਸੀਗਾ, ਮੇਰੇ ਕੋਲ ਥੋੜ੍ਹਾ ਟਾਈਮ ਸੀਗਾ। ਠੀਕ ਹੈ, ਅਤੇ ਮੈਂ ਨਾਲ ਹੀ ਦੂਸਰੇ ਕੋਲੇਜ ਦੀ ਆਪਣੀ ਆਫਰ ਲੈਟਰ ਅਪਲਾਈ ਕਰਤੀ ਸੀ। ਆਫਰ ਲੈਟਰ ਅਪਲਾਈ ਕਰਨ ਤੋਂ ਬਾਅਦ ਮੇਰੇ ਕੋਲੇਜ ਨੇ ਮੰਗਿਆ ਸੀ ਕਿ ਹਾਂ ਤੁਸੀਂ ਆਫਰ ਲੈਟਰ ਦਿਓ, ਬਟ ਇਹਨਾਂ ਨੇ ਉੱਥੇ ਲਿਖਿਆ ਹੋਇਆ ਸੀਗਾ ਕਿ ਆਪਣੇ ਓਫੀਸ਼ੀਅਲ ਵੈਬਸਾਈਟ 'ਤੇ ਜਿਹੜੀ ਤੁਸੀਂ ਕੋਲੇਜ 'ਤੇ ਆਓਗੇ ਉੱਥੇ ਜ਼ਰੂਰ ਦੇਖਿਓ ਕਿ ਉਹਨਾਂ ਨੇ ਕੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਅਗਰ ਉਹਨਾਂ ਨੇ ਲਿਖਿਆ ਹੋਇਆ ਕਿ ਹਾਂਜੀ ਆਪਾਂ ਆਫਰ ਲੈਟਰ ਦੂਸਰੇ ਕੋਲੇਜ ਦੀ ਮੰਗਾਂਗੇ, ਯੂ ਮਸਟ ਹੈਵ ਟੂ ਗਿਵ ਦੈਮ ਦ ਆਫਰ ਲੈਟਰ, ਅਦਰਵਾਈਜ਼ ਉਹ ਨਹੀਂ ਦੇਣਗੇ। ਬਟ ਉੱਥੇ ਮੇਰੀ ਕੋਲੇਜ ਵੈਬਸਾਈਟ 'ਤੇ ਤਾਂ ਕੁਛ ਨਹੀਂ ਲਿਖਿਆ ਸੀਗਾ, ਸੋ ਮੈਂ ਉਹਨਾਂ ਨੂੰ ਕਿਹਾ, ਉਹਨਾਂ ਨੇ ਮੈਨੂੰ ਦੇ ਦਿੱਤੇ ਪੈਸੇ। ਠੀਕ ਹੈ, ਹੁਣ ਤੁਸੀਂ ਇੱਥੇ ਕਰ ਸਕਦੇ ਹੋ, ਜੋ ਤੁਹਾਨੂੰ ਰਿਫੰਡ ਮਿਲ ਗਿਆ, ਮਤਲਬ ਕਿ ਮੈਂ ਆਪਣੇ ਅਪਲਾਈ ਕੀਤਾ ਹੋਇਆ ਸੀ ਰਿਫੰਡ ਦਾ, ਬਟ ਸਾਈਡ ਬਾਏ ਸਾਈਡ ਮੈਂ ਦੂਸਰੇ ਕੋਲੇਜ ਦੀ ਆਪਣੀ ਜਿਹੜੀ ਸੀਗੀ ਆਫਰ ਲੈਟਰ ਅਪਲਾਈ ਕਰ ਚੁੱਕਾ ਸੀਗਾ। ਆਫਰ ਲੈਟਰ ਅਪਲਾਈ ਕਰਨ ਲਈ ਤੁਸੀਂ ਥੋੜ੍ਹੇ ਜਿਹੇ ਪੈਸੇ ਨਾਲ ਵੀ ਲੈ ਕੇ ਆਏ ਹੁੰਦੇ ਹੋ। ਠੀਕ ਆ, ਮੈਂ ਅਪਰੋਕਸੀਮੇਟਲੀ $2,000 ਨਾਲ ਲੈ ਕੇ ਆਇਆ ਸੀਗਾ, ਅਤੇ ਤੁਹਾਨੂੰ ਆਉਂਦਿਆਂ ਵੀ 2,000 ਮਿਲ ਜਾਂਦਾ ਆਪਣੇ GIC 'ਚੋਂ। ਸੋ ਤੁਹਾਡੇ ਕੋਲ ਆਪਣੀ ਸੀਟ ਰਿਜ਼ਰਵ ਕਰਨ ਲਈ ਅਤੇ ਆਫਰ ਲੈਟਰ ਅਪਲਾਈ ਕਰਨ ਲਈ ਸਫੀਸ਼ੀਐਂਟ ਮਨੀ ਹੁੰਦੀ ਆ। ਸੋ ਮੇਰੀ ਅਪਰੋਕਸੀਮੇਟ $95 ਦੀ ਨੈਕਸਟ ਕੋਲੇਜ ਦੀ ਮੇਰੀ ਸੀਗੀ ਆਫਰ ਲੈਟਰ, ਬਟ ਮੈਂ ਸੇਫ ਸਾਈਡ ਲੈ ਕੇ ਮੈਂ ਦੋ ਕੋਲੇਜ ਦੀ ਅਪਲਾਈ ਕੀਤੀ, ਇੱਕ ਨੌਰਥਵੈਸਟ ਕੋਲੇਜ, ਇੱਕ ਆਪਣੇ ਲੇਕਲੈਂਡ ਕੋਲੇਜ ਜਿਹੜਾ ਸੀਗਾ ਆਪਣੇ ਇਸੇ ਕੋਲੇਜ ਦੀ, ਬਟ ਉਹ ਜਿਹੜੀ ਬ੍ਰਾਂਚ ਸੀਗੀ ਉਹ ਦੂਸਰੇ ਸ਼ਹਿਰ ਦੇ ਵਿੱਚ ਹੈਗੀ, ਮੈਂ ਉੱਥੇ ਅਪਲਾਈ ਕੀਤੀ ਸੀ, ਬਟ ਕੋਰਸ ਅਲੱਗ ਸੀਗਾ। ਓਕੇ, ਸੋ ਉੱਥੇ ਵੀ ਮੈਂ ਅਪਲਾਈ ਕਰਤੀ ਸੀ, ਦੋ ਸੇਫ ਸਾਈਡ ਲੈ ਕੇ ਚੱਲਿਆ ਸੀਗਾ, ਮੇਰੀ ਦੋਨੋਂ ਸਾਈਡ ਤੋਂ ਆਫਰ ਲੈਟਰ ਆ ਗਈ ਸੀ। ਹੁਣ ਮੈਂ ਇੱਕ ਪਾਸੇ ਮੇਰਾ ਇੱਕ ਸਾਲ ਦਾ ਕੋਰਸ ਸੀਗਾ, ਇੱਕ ਪਾਸੇ ਮੇਰਾ 2 ਸਾਲ ਦਾ ਕੋਰਸ ਸੀਗਾ, ਸੋ ਦੋਵੇਂ ਬਿਜ਼ਨਸ ਦੇ ਨਾਲ ਰਿਲੇਟਡ ਸੀਗੇ ਕੋਰਸ। ਸੋ ਮੈਂ ਉਹ ਦੋਵੇਂ ਕੋਰਸ ਮੈਂ ਇੱਕੋ ਜਗ੍ਹਾ 'ਤੇ ਓਪਟ ਕੀਤੇ ਸੀਗੇ ਕਿ ਮੈਂ ਉੱਧਰ ਵੀ ਅਗਰ ਜਾਵਾਂਗਾ ਤਾਂ ਉਹੀ ਕੋਰਸ ਲਵਾਂਗਾ, ਬਟ ਉਹ ਸਾਲ ਦਾ ਸੀਗਾ, ਇੱਧਰ ਵੱਲ ਜਾਵਾਂਗਾ ਤਾਂ ਇਹ 2 ਸਾਲ ਦਾ ਸੀਗਾ। ਸੋ ਨਾਓ ਆਈ ਹੈਵ ਟੂ ਡਿਸਾਈਡ ਕਿ ਮੈਂ ਹੁਣ ਕਰਾਂ, ਕਿਉਂਕਿ ਮੇਰੇ ਹੱਥ 'ਚ ਦੋਵੇਂ ਚੀਜ਼ਾਂ ਹੈਗੀਆਂ, ਆਈਦਰ ਦਿਸ ਔਰ ਦਿਸ। ਠੀਕ ਹੈ, ਮੈਂ ਕੁਛ ਵੀ ਕਰ ਸਕਦਾ ਹਾਂ, ਹੁਣ ਮੈਂ ਆਪਣੇ ਨੌਕਸਟ ਕੋਲੇਜ ਵੀ ਜਾ ਸਕਦਾ, ਮੈਂ ਆਪਣੇ ਦੂਸਰੇ ਆਪਣੇ ਲੇਕਲ ਕੋਲੇਜ ਵੀ ਜਾ ਸਕਦਾ। ਸੋ ਅਗਰ ਤੁਸੀਂ ਨਹੀਂ ਲੈ ਕੇ ਆਉਂਦੇ ਇੱਦਾਂ, ਜਾਂ ਤੁਹਾਡੇ ਦੂਸਰੇ ਕੋਲੇਜ ਨੇ ਤੁਹਾਨੂੰ ਕਿਹਾ ਤਾਂ ਕਿ ਆਪਣੀ ਸੀਟ ਬਚਾਉਣ ਲਈ ਤੁਹਾਨੂੰ ਇੱਕ ਸਮੈਸਟਰ ਦੀ ਫੀਸ ਪੇ ਕਰਨੀ ਪਏਗੀ, ਯੂ ਹੈਵ ਟੂ ਪ੍ਰਿਪੇਅਰ ਫੋਰ ਦੈਟ। ਫਿਰ ਤੁਹਾਨੂੰ ਆਫਰ ਲੈਟਰ ਵੀ ਅਪਲਾਈ ਕਰਨੀ ਪਏਗੀ, ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਇੰਡੀਆ ਤੋਂ ਵੀ ਪੈਸੇ ਮੰਗਾਉਣੇ ਪੈ ਸਕਦੇ ਆ, ਮਤਲਬ ਕਿ ਅਪਰੋਕਸੀਮੇਟਲੀ $8,000। ਠੀਕ ਹੈ, ਕਿਉਂਕਿ ਇਹ ਹੁੰਦਾ ਕਿਉਂਕਿ ਆਪਾਂ ਇੱਥੋਂ ਵਿਦਡਰੋਅ ਲੈ ਚੁੱਕੇ ਹਾਂ। ਠੀਕ ਹੈ, ਵਿਦਡਰੋਅ ਲੈਣ ਤੋਂ ਬਾਅਦ ਹੁਣ ਫਿਰ ਆਪਾਂ ਉਹਨਾਂ ਨੂੰ ਫੀਸ ਵੀ ਦੇਣੀ ਹੈ, ਬਟ ਮੇਰੇ ਅੱਗੇ ਇੱਦਾਂ ਦੀ ਕੰਡੀਸ਼ਨ ਕੋਈ ਨਹੀਂ ਸੀ, ਵੀ ਮੇਰਾ ਜਨਵਰੀ ਇਨਟੇਕ ਆ ਅਤੇ ਮੇਰੀ ਲਾਸਟ ਫੀਸ ਸਬਮਿਸ਼ਨ ਹੈਗੀ ਆ, ਮੇਰੀ 6 ਤਰੀਕ ਨੂੰ ਕਲਾਸ ਸ਼ੁਰੂ ਹੋਣੀ ਹੈ ਤਾਂ ਮੈਂ 6 ਤਰੀਕ ਨੂੰ ਵੀ ਫੀਸ ਦੇ ਸਕਦਾ, ਬਟ ਮੇਰੀ ਸੀਟ ਰਿਜ਼ਰਵ ਕਰਨ ਦੀ ਲਾਸਟ ਡੇਟ ਹੈਗੀ ਆ 15 ਅਕਤੂਬਰ। ਠੀਕ ਹੈ, 15 ਅਕਤੂਬਰ ਤੱਕ ਮੈਂ ਆਪਣੇ $1,500 ਉਹਨਾਂ ਨੂੰ ਦੇਣੇ ਜਿਹੜੇ ਨੋਨ ਰਿਫੰਡੇਬਲ, ਆਪਣੀ ਫੀਸ ਆਪਣੀ ਸੀਟ ਰਿਜ਼ਰਵ ਕਰਵਾਉਣ ਵਾਸਤੇ। ਠੀਕ ਹੈ, ਜਿਹੜੇ ਨੋਨ ਰਿਫੰਡੇਬਲ। ਸੋ ਇਹ ਸੀਗੀ ਥੋੜ੍ਹੀ ਜਿਹੀ ਛੋਟੀ ਇਨਫੋਰਮੇਸ਼ਨ, ਕਿੱਦਾਂ ਤੁਸੀਂ ਰਿਫੰਡ ਲੈ ਸਕਦੇ ਹੋ ਲੈਣ ਤੋਂ ਬਾਅਦ, ਕਿ ਕਿੱਦਾਂ ਤੁਸੀਂ ਆਪਣਾ ਕੋਲੇਜ ਚੇਂਜ ਕਰ ਸਕਦੇ ਹੋ। ਸੋ ਮੇਰੀ ਸਲਾਹ ਇਹ ਹੋਏਗੀ ਕਿ ਤੁਸੀਂ ਆਪਣਾ ਜਿਹੜਾ ਕੋਰਸ ਹੈਗਾ ਆ ਉਹ ਥੋੜ੍ਹਾ ਜਿਹਾ ਦੇਖ ਕੇ ਲੈ ਕੇ ਆਇਓ, ਕਿਉਂਕਿ ਜਿਹੜਾ ਮੇਰਾ ਕੋਰਸ ਸੀਗਾ ਮੇਰਾ ਥੋੜ੍ਹਾ ਇਨਰੈਲੀਵੈਂਟ ਸੀਗਾ ਕੋਰਸ, ਅਤੇ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਸੀ, ਅਤੇ ਇਸ ਕਰਕੇ ਮੈਨੂੰ ਕੋਰਸ ਚੇਂਜ ਕਰਨਾ ਪਿਆ। ਜਦੋਂ ਵੀ ਤੁਸੀਂ ਕੋਰਸ ਲੈ ਕੇ ਆਓ, ਮੈਂ ਸਟੱਡੀ ਤਾਂ ਕੀਤੀ ਸੀ ਉਹਦੇ ਬਾਰੇ, ਬਟ ਉਹਦੇ ਵਿੱਚ ਬੋਟਨੀ ਵਗੈਰਾ ਜਾਂ ਇੱਦਾਂ ਦੀ ਚੀਜ਼ਾਂ ਸੀਗੀਆਂ ਕਿ ਮੈਂ ਉਸ ਵੇਲੇ ਤਾਂ ਇੰਡੀਆ ਬੈਠੇ ਤਾਂ ਬੰਦਾ ਸੋਚ ਲੈਂਦਾ ਕਿ ਚਲੋ ਕੋਈ ਨਾ ਕਰ ਲਾਂਗੇ, ਬਟ ਜਦੋਂ ਇੱਥੇ ਆ ਕੇ ਦੇਖਣਾ ਪੈਂਦਾ ਉੱਥੋਂ ਉਹ ਤੋਂ ਬਾਅਦ ਪਤਾ ਲੱਗਦਾ ਕਿ ਨਹੀਂ ਦ ਥਿੰਗ ਇਜ਼ ਡਿਫਰੈਂਟ। ਸੋ ਅਗਰ ਤੁਸੀਂ ਇਹ ਮੰਨ ਕੇ ਚੱਲਦੇ ਹੋ ਕਿ ਉੱਥੇ ਹੀ ਤੁਸੀਂ ਆਪਣਾ ਮਾਇੰਡ ਸੈੱਟ ਕਰਕੇ ਆਉਂਦੇ ਕਿ ਨਹੀਂ ਤੁਸੀਂ ਆਹੀ ਚੀਜ਼ ਕਰਨੀ ਆ ਅਤੇ ਉਹੀ ਚੀਜ਼ ਕਰੂੰਗੇ, ਆਪਣੀ ਰੈਲੀਵੈਂਟ ਕਰੂੰਗੇ, ਤੋ ਯੂ ਹੈਵ ਇੰਟਰਸਟ ਇਨ ਦੈਟ। ਓਕੇ, ਸੋ ਵੀਡੀਓ ਇੰਨੀ ਕੁ ਸੀਗੀ, ਬਾਕੀ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਵੀਡੀਓ ਨੂੰ। ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ, ਗੁੱਡ ਬਾਏ।